ਇੱਕ ਅਮੀਰ ਪਿਓ ਦਾ ਪੁੱਤਰ ਪਿਤਾ ਵੱਲੋਂ ਵਕੀਲ ਬਣਾਏ ਜਾਣ ਦੀ ਥਾਂ ਇੱਕ ਘਟ ਵਸੀਲਿਆਂ ਵਾਲਾ ਪਰ ਪ੍ਰਸਿੱਧ ਫਿਲਾਸਫਰ ਬਣ ਗਿਆ 30 ਸਾਲ ਮਗਰੋਂ ਪੁੱਤਰ ਦੀ ਝਾੜ ਝੰਬ ਕਰਦੇ ਆ ਪਿਤਾ ਨੇ ਕਿਹਾ ਤੈਨੂੰ ਕੀ ਮਿਲਿਆ ਹੈ ਫਿਲਾਸਫੀ ਤੋਂ ਪੁੱਤਰ ਨੇ ਬੜੇ ਧੀਰਜ ਨਾਲ ਕਿਹਾ ਫਿਲਾਸਫੀ ਤੋਂ ਮੈਨੂੰ ਆਪਣੇ ਪਿਤਾ ਦਾ ਗੁੱਸਾ ਖੀੜੇ ਮੱਥੇ ਬਰਦਾਸ਼ਤ ਕਰਨ ਦੀ ਯੋਗਤਾ ਮਿਲੀ ਹੈ ਧੰਨਵਾਦ